ਦੇਸ਼ ਦੀਆਂ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ एसआईटी ਨੂੰ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਲਗਾਤਾਰ ਇਸ ਨੂੰ ਲੈ ਕੇ ਰਾਜਨੀਤੀ ਕਾਫੀ ਭਖਰੀ ਹੈ ਤੇ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਦੇ ਫਾਰਮ ਹਾਊਸ ਤੇ ਇੱਕ ਹਾਈ ਲੈਵਲ ਦੀ ਮੀਟਿੰਗ ਚੱਲ ਰਹੀ ਸੀਗੀ ਜਿਹੜੀ ਕਿ ਹੁਣ ਮੀਟਿੰਗ ਖਤਮ ਹੋ ਚੁੱਕੀ ਹੈ ਇਸ ਮੀਟਿੰਗ ਦੇ ਵਿੱਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਦਾਵਾ ਏਜੀ ਅਤਲ ਨੰਦਾ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਸਮੇਤ ਕਈ ਹੋਰ ਆਗੂ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਮੀਟਿੰਗ ਖਤਮ ਹੋਣ ਤੋਂ ਬਾਅਦ ਸਾਰੇ ਆਗੂ ਇੱਥੋਂ ਨਿਕਲ ਚੁੱਕੇ ਲੇਕਿਨ ਕਿਸੇ ਵੱਲੋਂ ਵੀ ਕੋਈ মিডিਆ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਹੈ ਦਰਸਲ ਲਗਾਤਾਰ ਇਹ ਜਿਹੜਾ ਮੁੱਦਾ ਕਾਫੀ ਪੱਖਿਆ ਹੋਇਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਜਿਹੜੀ ਐਸਆਈਟੀ ਦੀ ਜਾਂਚ ਕਰ ਰਹੇ ਸੀਗੇ ਉਸ ਨੂੰ ਹਾਈ ਕੋਰਟ ਵੱਲੋਂ ਜਿਹੜਾ ਰੱਦ ਕਰ ਦਿੱਤਾ ਗਿਆ ਤੇ ਇਹ ਦੁਬਾਰਾ ਤੋਂ ਇੱਕ ਨਵੀਂ ਐਸਆਈਟੀ ਬਣਾ ਕੇ ਜਿਹੜੀ ਜਾਂਚ ਕਰਨ ਦਾ ਜਿਹੜਾ ਉਹ ਆਰਡਰ ਦਿੱਤੇ ਗਏ ਨੇ ਤੇ ਉਸ ਤੋਂ ਬਾਅਦ ਖੁਦ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਵੀ ਜਿਹੜਾ ਆਪਣਾ ਰੈਜ਼ੀਗਨੇਸ਼ਨ ਮੁੱਖ ਮੰਤਰੀ ਨੂੰ ਭੇਜਿਆ ਗਿਆ ਲੇਕਿਨ ਮੁੱਖ ਮੰਤਰੀ ਨੇ ਉਹਨਾਂ ਦਾ ਰੈਜ਼ੀਗਨੇਸ਼ਨ ਨੂੰ ਐਕਸੈਪਟ ਨਹੀਂ ਕੀਤਾ ਸੀ ਤੇ ਅੱਜ ਇੱਕ ਵਾਰ ਫੇਰ ਕੁਵਰ ਵਿਜੇ ਪ੍ਰਤਾਪ ਜਿਹੜੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਵੀ ਮਿਲ ਕੇ ਆਏ ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਬਿਲਕੁਲ ਕਰ ਦਿੱਤਾ ਕਿ ਉਹ ਆਪਣਾ ਰੈਜ਼ੀਗਨੇਸ਼ਨ ਦੇਣਾ ਹੈ ਸੀ ਲੇਕਿਨ ਇਹ ਉਹਨਾਂ ਵੱਲੋਂ ਜ਼ਰੂਰ ਕਿਹਾ ਗਿਆ ਕਿ ਉਹਨਾਂ ਨੇ ਮੁੱਖ ਮੰਤਰੀ ਨੂੰ ਜਿਹੜਾ ਆਪਣਾ ਰੈਜ਼ੀਗਨੇਸ਼ਨ ਦਿੱਤਾ ਸੀਗਾ ਭਾਵੇਂ ਉਹਨਾਂ ਵੱਲੋਂ ਪਹਿਲਾਂ ਐਕਸੈਪਟ ਨਹੀਂ ਕੀਤਾ ਕਿ ਲੇਕਿਨ ਕੁਵਰ ਵਿਜੇ ਪ੍ਰਤਾਪ ਖੁਦ ਮੁੱਖ ਮੰਤਰੀ ਨੂੰ ਕਨਵਿੰਸ ਕਰਾਉਣ ਦੇ ਵਿੱਚ ਕਾਮਯਾਬ ਹੋਏ ਨੇ ਉਹਨਾਂ ਵੱਲੋਂ ਇਹ ਸਾਫ਼ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਗਰ ਉਹਨਾਂ ਤੋਂ ਅਗਰ ਕੋਈ ਮਦਦ ਮੰਗੀ ਜਾਂਦੀ ਲੇਕਿਨ ਹੁਣ ਅੰਦਰ ਰਹਿ ਕੇ ਨਹੀਂ ਬਲਕਿ ਬਾਹਰੋਂ ਅਗਰ ਕਿਸੇ ਤਰੀਕੇ ਦੀ ਹੈਲਪ ਚਾਹੀਦੀ ਹੈ ਤੇ ਉਹ ਪੂਰੀ ਉਹਨਾਂ ਦੀ ਜਿਹੜੀ ਹੈ ਉਹ ਹੈਲਪ ਕਰਨਗੇ ਤੇ ਇਸ ਵੇਲੇ ਜਿਹੜੀ ਮੁੱਖ ਮੰਤਰੀ ਆਵਾਜ਼ ਦੀ ਬੈਠਕ ਜਿਹੜੀ ਚੱਲ ਰਹੀ ਸੀ ਕਿ ਸਿਸਵਾ ਡੈਮ ਤੇ ਜਿਹੜਾ ਸਿਸਵਾ ਫਾਰਮ ਹਾਊਸ ਤੇ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਮੀਟਿੰਗ ਦੇ ਵਿੱਚ ਕੀ ਕੁਝ ਹੋਇਆ ਕਿਉਂਕਿ ਇਸ ਨੂੰ ਲੈ ਕੇ ਲਗਾਤਾਰ ਜਿਹੜੀ ਰਾਜਨੀਤੀ ਗਰਮਾਈ ਹੈ ਤੇ ਨਵਜੋਤ ਸਿੰਘ ਸਿੱਧੂ ਹੋਣ ਸੰਸਦ ਰਵਨੀ ਸਿੰਘ ਬਿੱਟੂ ਹੋਣ ਇੱਥੋਂ ਤੱਕ ਕਿ ਖੁਦ ਜਿਹੜੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੈ ਉਹ ਜਿਹੜੀ ਹੈ ਇਸ ਐਸਆਈਟੀ ਦੀ ਜਿਹੜੀ ਜਾਂਚ ਰਿਪੋਰਟ ਉਸ ਨੂੰ ਜਨਤਾ ਕਰਨ ਦੀ ਮੰਗ ਕਰ ਰਹੇ ਸੀਗੇ ਤੇ ਖੁਦ ਅੱਜ ਕੋਮਰ ਵਿਜੇ ਪ੍ਰਤਾਪ ਵੱਲੋਂ ਇਹ ਕਿਹਾ ਗਿਆ ਕਿ ਜਿਹੜੀ ਰਿਪੋਰਟ ਹੈਗੀ ਹੈ ਇਹ ਪਹਿਲਾਂ ਹੀ ਪਬਲਿਕ ਮੇਨ ਤੇ ਹੈਗੀ ਹੈ ਤੇ ਕੋਈ ਵੀ ਇਸ ਰਿਪੋਰਟ ਨੂੰ ਪੜ ਸਕਦਾ ਹੈ ਜਿੱਥੇ ਤੱਕ ਆਗੂ ਆ ਦਾ ਸਵਾਲ ਹੈ ਜੀ ਆਗੂ ਜਨਤਕ ਕਰਨੀ ਮੰਗ ਕਰ ਰਹੇ ਉਹਨਾਂ ਨੂੰ ਯਾ ਤਾਂ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਜਾਂ ਉਹ ਜਾਣ ਬੁੱਝ ਕੇ ਇਸ ਈਕੇ ਦੀ ਗੱਲ ਕਰ ਰਹੇ ਲੇਕਿਨ ਅੱਜ ਜਿਹੜੀ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਜਿਹੜਾ ਇਹ ਚਰਚਾ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਇਸ ਨੂੰ ਕਿਵੇਂ ਚੈਲੰਜ ਕੀਤਾ ਜਾਣਾ ਹੈ ਕਿਉਂਕਿ ਸਾਫ ਕਿ ਆ ਗਿਆ ਸੀਗਾ ਮੁੱਖ ਮੰਤਰੀ ਵੱਲੋਂ ਜਦੋਂ ਹਾਈ ਕੋਰਟ ਤੋਂ ਆਰਡਰ ਆਏ ਸੀ ਕਿ ਉਹ ਜਿਹੜਾ ਸੁਪਰੀਮ ਕੋਰਟ ਤੱਕ ਇਸ ਦੀ ਲੜਾਈ ਲੜਨਗੇ ਤਾਂ ਸੁਪਰੀਮ ਕੋਰਟ ਇਸ ਫੈਸਲੇ ਨੂੰ ਹਾਈ ਕੋਰਟ ਦੇ ਜਿਹੜਾ ਸਿੰਗਲ ਬੈਂਡ ਦੇ ਜਿਹੜਾ ਚੈਲੰਜ ਹੈ ਉਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਨਗੇ ਤੇ ਅੱਜ ਇਸ ਮੀਟਿੰਗ ਦੇ ਵਿੱਚ ਈਸੀ ਚੀਜ਼ ਦੇ ਉੱਤੇ ਚਰਚਾ ਹੋਈ ਹੈ ਹਾਲਾਂਕਿ ਡਿਟੇਲਡ ਦੇ ਵਿੱਚ ਕੀ ਚਰਚਾ ਹੋਈ ਹੈ ਇਹ ਇਹ ਤਾਂ ਹਲੇ ਜਾਣਕਾਰੀ মিডিਆ ਨੂੰ ਨਹੀਂ ਦਿੱਤੀ ਗਈ ਹੈ ਲੇਕਿਨ ਜਿੱਤੇ ਤੱਕ ਸਵਾਲ ਹੈ ਕਿ ਅੱਜ ਹਾਈ ਲੈਵਲ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਸ ਮੁੱਦੇ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਤੇ ਕਿਵੇਂ ਜਿਹੜਾ ਜਿਹੜਾ ਉਹਨਾਂ ਨੂੰ ਨਿਆਂ ਦੇਣਾ ਹੈ ਜਿਹੜੇ ਕਿ ਪੀੜਿਤ ਹੈਗੇ ਆ ਬਰਗਾੜੀ ਕਾਂਗ ਦੇ ਇਹ ਤੇ ਇਹ ਸਾਰੀ ਚਰਚਾ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੀ ਪ੍ਰਧਾਨਗੀ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਕੀਤੀ ਗਈ ਹੈ। ਸਿਸਵਾ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅਨਕੁਸ਼ ਮਹਾਜਨ ਨਾਨਿਕ ਸਵੇਰਾ ਟੀਵੀ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 84374 94647 84374 94648 पंडित राधे शर्मा चमत्कार होंगे अपनी अखा के सामने चौवी घंटे परेशानी का हाल मुसलमानीकरण तो तो विदेश यात्रा लॉटरी तो तुम मिलेगा ज नहीं सच्चाई जानो लॉटरी नंबर पाओ छो उजा हो गुप्त रखी जाएगी प्यार धोखा खाए प्रेमी प्रेमिका एक बार जरूर मिलो मैं प्यार टुटन नहीं दवांग मोबाइल अठानवे सात सौ अठाठ जीरो 8558838617